जिला ऊना में आम आदमी पार्टी के कार्यकर्ताओं ने जिला अध्यक्ष रविंद्र मान की अगुवाई में केंद्र सरकार के खिलाफ जिला मुख्यालय पर लोकसभा में किसान विधेयक के खिलाफ प्रदर्शन किया। इस मौके पर रविंद्र मान की अगुवाई में एक प्रतिनिधि मंडल ने उपायुक्त संदीप कुमार के माध्यम से राष्ट्रपति को ज्ञापन भेजा। इस मौके पर जिला अध्यक्ष रविंद्र मान ने कहा कि यदि केंद्र सरकार ने इस बिल को वापस नहीं लिया तो आम आदमी पार्टी को व्यापक स्तर पर आंदोलन खड़ा करना पड़ेगा, जिसकी पूरी जिम्मेदारी केंद्र सरकार की होगी। रविंद्र मान ने कहा कि आम आदमी पार्टी पर भ्रष्टाचार विरोधी होने के नारे लगाने वाली भाजपा आज खुद किसानों का गला घोटने पर तुली हुई है। ਅਤੇ ਮੁੜ ਕੇ ਹੁਣ ਇਹਨਾਂ ਨੇ ਇਹ ਤਾਂ ਕਰਤਾ ਵੀ ਕਿਸਾਨ ਕਿਤੇ ਵੀ ਜਾ ਕੇ ਆਪਣੀ ਜ਼ਮੀਨ ਫਸਲ ਵੇਚ ਸਕਦਾ, ਪਰ ਇੱਥੋਂ ਵਾਲਾ ਕਿਸਾਨ ਮਹਾਰਾਸ਼ਟਰ ਤਾਂ ਨਹੀਂ ਜਾਏਗਾ ਜੀ। ਸੋ ਇੱਦਾਂ ਦੇ ਇਹਦੇ ਵਿੱਚ ਕਈ ਜਿਹੜੇ ਲਕੂਨੇ ਨੇ ਜਿਹੜੇ ਇਹਨਾਂ ਨੇ ਛੱਡ ਲਏ ਨੇ, ਕਿਉਂਕਿ ਇਹ ਜਿਹੜੀ ਹੁਣ ਸਰਕਾਰ ਹੈ ਜੀ ਇਹ ਉਦਯੋਗਪਤੀਆਂ ਦੀ ਸਰਕਾਰ ਹੈ, ਇਹਦਾ ਆਮ ਬੰਦੇ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ, ਇਹਦਾ ਕੋਈ ਸਰੋਕਾਰ ਨਹੀਂ। ਸਾਡੀ ਇਹੀ ਮੰਗ ਹੈ ਕਿ ਜਿਹੜਾ ਇਹ ਬਿੱਲ ਇਹਨਾਂ ਨੇ ਧੱਕੇ ਨਾਲ ਹੁਣ ਪਾਸ ਕੀਤਾ ਰਾਜ ਸਭਾ ਵਿੱਚ ਜਿੰਨੇ ਵੀ ਆਪਣੇ ਮੈਂਬਰ ਨੇ 250-255 ਉਹਨਾਂ 'ਚੋਂ ਉੱਥੇ ਵੋਟਿੰਗ ਨਹੀਂ ਕਰਵਾਈ ਗਈ, ਜ਼ਬਰਦਸਤੀ ਜਿੱਥੇ ਮਨੋਰਟੀ ਸੀਗੇ ਉੱਥੇ ਅੰਦਰ ਇਹਨਾਂ ਕੋਲ ਪਾਵਰ ਨਹੀਂ ਹੈ, ਰਾਜ ਸਭਾ ਦੇ ਵਿੱਚ ਸਦਨ ਦੇ ਵਿੱਚ ਇਹਨਾਂ ਦੀ ਮੈਜੋਰਟੀ ਨਹੀਂ ਹੈ, ਉੱਥੇ ਇਹਨਾਂ ਨੇ ਉੱਥੇ ਵੋਟਿੰਗ ਨਹੀਂ ਕਰਵਾਈ, ਧੱਕੇ ਨਾਲ ਬਿੱਲ ਪਾਸ ਕੀਤਾ ਜੋ ਕਿ ਸਦਨ ਦੀ ਹਰ ਤਰ੍ਹਾਂ ਦੀ ਜਿਹੜੀ ਪਰੰਪਰਾ ਹੈ ਉਹਦੇ ਅਗੇਂਸਟ ਹੈ। ਇੱਕ ਸੰਵਿਧਾਨ ਨਾਲ ਵੀ ਧੱਕਾ ਕੀਤਾ ਗਿਆ, ਇੱਕ ਲੋਕਾਂ ਨਾਲ ਧੱਕਾ ਕੀਤਾ ਗਿਆ, ਕਿਸਾਨ ਨਾਲ ਧੱਕਾ ਕੀਤਾ ਗਿਆ, ਜਿਹੜੇ ਗਰੀਬ ਬੰਦੇ ਉਹਨਾਂ ਨਾਲ ਧੱਕਾ ਕੀਤਾ ਗਿਆ। ਸਾਡੀ ਇਹੀ ਮੰਗ ਹੈ, ਅਸੀਂ DC ਸਾਹਿਬ ਕੋਲ ਮੈਮੋਰੈਂਡਮ ਦੇਣ ਆਏ ਹਾਂ ਕਿ DC ਸਾਹਿਬ ਇਹ ਮੈਮੋਰੈਂਡਮ ਸਾਡਾ ਪ੍ਰੈਜ਼ੀਡੈਂਟ ਸਾਹਿਬ ਨੂੰ ਭੇਜਣ ਤਾਂ ਕਿ ਉਹ ਇਸ ਬਿੱਲ ਉੱਤੇ ਸਾਈਨ ਨਾ ਕਰ। ਉਜਵਲ ਹਿਮਾਚਲ ਕੇ ਲੀਏ ਉਨਾ ਸੇ ਜੋਤੀ ਸਿਆਲ ਕੀ ਰਿਪੋਰਟ।